लेटेस्ट अपडेट सब तो पहला देखने लाई सब्सक्राइब करो चैनल पंजाब ते प्रेस करो बेल आइकन। मैं पर्चा करके चीफ मिनिस्टर बनया और मैं कहना कोई एलएलबी कीती है। जनाब हुण कई लीडरां दी फिसलू जुबान ते कई बोलणगे झूठ ते करनगे वड्डे वड्डे दावे। जी हां, चोणां नूं लै के सारियां पार्टियां इन्नियां उतावलियां होईयां पईयां ने कि कई वार तां चोण प्रचार दौरान ओह की कह जांदे ने ਉਹਨਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ, ਪਰ ਕੈਮਰੇ ਦੀ ਤੀਜੀ ਅੱਖ 'ਚ ਸਭ ਕੁਝ ਕੈਦ ਹੋ ਜਾਂਦਾ। ਫਿਰ ਬਾਅਦ 'ਚ ਵੀਡੀਓਜ਼ ਆਉਂਦੀਆਂ ਨੇ ਸਾਹਮਣੇ, ਫਿਰ ਲੀਡਰ ਹੁੰਦੇ ਨੇ ਸ਼ਰਮਸ਼ਾਰ। ਸੁਖਬੀਰ ਬਾਦਲ ਦੇ ਭਾਸ਼ਣ ਦੌਰਾਨ ਜਵਾਨ ਫਿਸਲਦੀ ਤਾਂ ਤੁਸੀਂ ਬਹੁਤ ਵਾਰ ਦੇਖੀ ਤੇ ਸੁਣੀ ਹੋਵੇਗੀ, ਪਰ ਹੁਣ ਸੁਖਬੀਰ ਬਾਦਲ ਦੇ ਪਿਤਾ ਜਾਨੀ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਇੱਕ ਸਮਾਗਮ ਦੌਰਾਨ ਦੀ ਹੈ ਜਿੱਥੇ ਸਟੇਜ ਤੇ ਪ੍ਰਚਾਰ ਕਰਦੇ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਜਵਾਨ ਨਹੀਂ ਫਿਸਲੀ ਬਲਕਿ ਪੂਰੇ ਜੋਸ਼ 'ਚ ਬੇਖੌਫ ਹੋ ਕੇ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਮੈਂ ਪਰਚਿਆਂ ਕਰਕੇ ਸੀਐਮ ਬਣਿਆ ਤੇ ਸੁਖਬੀਰ ਬਾਦਲ ਤੇ ਵੀ ਪਰਚੇ ਹੋਏ, ਪਰ ਉਸਦਾ ਕੀ ਵਿਗੜਿਆ? ਇਹ ਸੁਣ ਕੇ ਤੁਹਾਨੂੰ ਵੀ ਝਟਕਾ ਤਾਂ ਜ਼ਰੂਰ ਲੱਗਿਆ ਹੋਣਾ ਕਿ ਇੰਨੀ ਵੱਡੀ ਗੱਲ ਪ੍ਰਕਾਸ਼ ਸਿੰਘ ਬਾਦਲ ਕਿਵੇਂ ਕਹਿ ਗਏ। ਨਹੀਂ ਯਕੀਨ ਤਾਂ ਦੇਖੋ ਇਹ ਵੀਡੀਓ। ਤਕੜੇ ਹੋ ਯਾਰ, ਮੈਂ 93 ਸਾਲ ਦੀ ਉਮਰ ਆ ਨਾ, ਮੈਨੂੰ ਤੁਸੀਂ ਐਵੇਂ ਡਰੀ ਜਾ, ਮੇਰੇ ਤੇ ਪਰਚਾ ਹੋ ਜਾਏ ਕੀ ਫਰਕ ਪੈਂਦਾ? ਸੁਖਬੀਰ ਤੇ ਵੀ ਹੋ ਗਿਆ, ਕੀ ਉਹਦਾ ਵਿਗੜ ਗਿਆ? ਜਿਹੜੇ ਪਰਚੇ ਵਾਲੇ ਹੋਣਗੇ ਉਹਨਾਂ 'ਚ ਵੀ ਇੱਜ਼ਤ ਹੋਊਗੀ। ਮੈਂ ਪਰਚਿਆਂ ਕਰਕੇ ਚੀਫ ਮਿਨਿਸਟਰ ਬਣਿਆ, ਹੋਰ ਮੈਂ ਕਿਹੜਾ ਕੋਈ LLB ਕੀਤੀ ਹੈ। ਜੇ ਤਕੜੇ ਹੋ ਯਾਰ, ਮੈਂ 93 ਸਾਲ ਦੀ ਉਮਰ ਆ ਨਾ, ਮੈਨੂੰ ਤੁਸੀਂ ਐਵੇਂ ਡਰੀ ਜਾ, ਮੇਰੇ ਤੇ ਪਰਚਾ ਹੋ ਜਾਏ ਕੀ ਫਰਕ ਪੈਂਦਾ? ਸੁਖਬੀਰ ਤੇ ਵੀ ਹੋ ਗਿਆ, ਕੀ ਉਹਦਾ ਵਿਗੜ ਗਿਆ? ਜਿਹੜੇ ਪਰਚੇ ਵਾਲੇ ਹੋਣਗੇ ਉਹਨਾਂ 'ਚ ਵੀ ਇੱਜ਼ਤ ਹੋਊਗੀ। ਮੈਂ ਪਰਚਿਆਂ ਕਰਕੇ ਚੀਫ ਮਿਨਿਸਟਰ ਬਣਿਆ, ਹੋਰ ਮੈਂ ਕਿਹੜਾ ਕੋਈ LLB ਕੀਤੀ ਹੈ। ਵੀਡੀਓ 'ਚ ਤੁਸੀਂ ਸਾਫ ਸੁਣ ਤੇ ਦੇਖ ਹੀ ਲਿਆ ਹੋਣਾ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੇਝਿਜਕ ਹੋ ਕੇ ਪਰਚੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹੁਣ ਇਸ ਨੂੰ ਚੋਣਾਂ ਨੇੜੇ ਆਉਂਦਿਆਂ ਦੇਖ ਕੇ ਬੋਲਿਆ ਸੱਚ ਕਹਾਂਗੇ ਜਾਂ ਇਸ ਪਿੱਛੇ ਕੋਈ ਹੋਰ ਸਿਆਸਤ ਹੈ, ਇਹ ਤਾਂ ਹੁਣ ਬਾਦਲ ਪਰਿਵਾਰ ਹੀ ਜਾਣਦਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ ਟੂ ਬੀ ਪੰਜਾਬੀ।